ਹਫ਼ਤੇ ਸ਼ੀਲਾ ਦੀਕਸ਼ਿਤ ਵੋਟ ਪਾਉਣ ਗਈ ਆ ਉਹਦੇ ਪੋਲਿੰਗ ਬੂਥ ਤੇ, ਵੋਟ ਪਾ ਕੇ ਬਾਹਰ ਨਿਕਲੀ, ਮੀਡੀਆ ਨੇ ਪੁੱਛਿਆ ਅਰਵਿੰਦ ਕੇਜਰੀਵਾਲ ਕਹਿੰਦੇ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਜਿੱਤੂਗੀ
ਪੰਜਾਬ ਚ ਕਹਿੰਦੀ ਨੇਰੀ ਪਤਾ ਕਿਵੇਂ ਦੇਖ ਰਹੇ ਕਿਹੜੇ ਬੰਦ ਨਿਕਲਣਗੇ ਨੇਰੀ ਆ ਲੈਣ ਦੋ ਅਗਲੇ ਦਿਨ ਮਿਲ ਲਾਂਗੇ ਇੱਕ ਵਾਰ ਕੋਲ ਡਿੱਗਿਆ ਹੁੰਦਾ ਕੋਲੇ ਨਿੱਕੀ ਜਿਹੀ ਡੇਕ ਬੱਚੀ ਹੁੰਦੀ ਹੈ ਹਜੇ ਤਾਂ ਨੇਰੀ ਮੈਂ ਕਿਹਾ ਉੱਠੀ ਨਹੀਂ ਤਾਂ ਬੱਦਲ ਦਵਾਈ ਹੈ ਨੇਰੀ ਤਾਂ ਕੋਲ ਲੱਗ ਲੈਣ ਦੇ ਉਦੋਂ ਬਾਅਦ ਟੋਲ ਟੈਕਸ ਲਾ ਬਸ ਬਸ
ਦਿੱਤਾ ਜਿਹੜੇ ਕਨੈਕਸ਼ਨਾਂ ਦੇ ਪੈਸੇ ਲਏ ਨੇ ਉਹ ਕਹਿੰਦੇ ਵੀ ਅਸੀਂ ਫ੍ਰੀ ਨਹੀਂ ਕਿ ਵੋਟਾਂ ਪੇ ਸਾਨੂੰ ਬਾਤਾਂ ਸੁਣਾਉਂਦੇ ਸਾਡੇ ਉੱਤੇ ਰਾਜੇ ਵੀ ਭੇਸ ਬਦਲ ਕੇ ਜਾਂਦਾ ਜਾ ਜਾਂਦੇ ਸੀ ਮੇਰੇ
ਸਭ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਕਰਾ ਦੇਵਾਂਗੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਮਹਾਰਾਜਾ ਰਣਜੀਤ ਸਿੰਘ ਜੀ ਲੋਕਾਂ ਦੀਆਂ ਕੰਧਾਂ ਨਾਲ ਕੰਧ ਲਾ ਲਾ ਕੇ ਸੁਣਦੇ ਹੁੰਦੇ ਸੀ ਕਿ ਲੋਕ ਗੱਲਾਂ ਕੀ ਕਰਦੇ ਆ ਮੇਰੇ ਮਗਰੋਂ, ਕਿਤੇ ਕਿਸੇ ਮਗਰੋਂ ਲੋਕ ਦੁਖੀ ਤਾਂ ਨਹੀਂ, ਤੇ ਜੇ ਇਹਨਾਂ ਨੂੰ ਕੰਧਾਂ ਨਾਲ ਕੰਧ ਲਾਉਣੇ ਲਾਉਣੇ ਪੈ ਜਾਣ ਮੀਠੀ ਉਹਨਾਂ ਨੂੰ ਸੰਗੀ ਬਣਾਉਣਗੇ, ਦੂਜੇ ਲੋਕ ਸੁਣਨਗੇ ਕਿਸੇ ਵੱਲੋਂ ਕੋਈ ਸੁਖੀ ਤਾਂ ਨਹੀਂ, ਕੋਈ ਢਾਬਾ ਡੂੰਗਾ ਗੱਚਿਆ ਤਾਂ ਨਹੀਂ ਕਿਸਾਨੀ ਪਾਇਆ। ਇਹ ਮਹਾਰਾਜਾ ਨਹੀਂ ਸਿਖਾ ਮਾਰੀ ਸਕਦੇ ਨਾ ਜਾਂਦੀ ਹੈ।
ਮਾੜੀ ਸੰਗਤ ਪੈ ਗਈ, ਥੋੜੀ ਜਿਹੀ ਆਪ ਹੀ ਗੌਰ ਕਰ ਲੈਂਦੇ, ਦੇਖ ਲੈਂਦੇ
ਪਟਿਆਲੇ ਤੋਂ ਇੱਕ ਤਕਰੀਬਨ ਸਾਹਿਬ ਅੰਬਰਸਰ ਤੋਂ ਇੱਕ ਦਿਨ ਉੱਥੇ ਪਾਰਲੀਮੈਂਟ
ਜਿਹੜੇ ਸੂਏ
ਲੱਭੋ ਕੀ ਲੱਭਦੀ ਪਤਾ ਹੀ ਨਹੀਂ ਉਹ ਗਰੀਬੀਆਂ ਮੇੜੇ ਗਰੀਬੀਆਂ ਬਸਤੀਆਂ ਤੇ ਸਬਸਿਡੀਆਂ ਅੰਬਾਨੀਆਂ ਨੂੰ ਅਡਾਨੀਆਂ ਨੂੰ ਵਿਜੇ ਵਾਲੀਆਂ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸੰਭੀ ਜਾਂਦੇ ਨੇ ਵੜ ਕੇ ਵੜ ਜਾਂਦੇ ਨੇ ਚੁੰਘਦੇ ਗੱਲ ਲੀਰਾਂ ਲੰਘਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਦਿਲ ਚੜੀਆਂ ਚਾਦਰਾਂ ਚਾਹੀ ਜਾਂਦੇ ਨੇ ਕੋਈ ਉਹਨਾਂ ਦੇ ਵੀ ਤੁਸੀਂ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਉਹਦੇ ਭਾਵ ਖਾਂਦੇ ਹੋ ਜਿਹੜੇ ਦਿਵਾਲੀ ਵਾਲੇ ਦਿਨ ਵੀ ਦਿਹਾਈ ਜਾਂਦੇ ਨੇ ਐਡਾ ਦਲਤਾਂ ਤੇ ਅਤਿਆਚਾਰ ਕਰ ਰਹੇ ਕਿਤੇ ਲੱਤਾਂ ਬਾਹਾਂ ਵੜਤੀਆਂ ਕਦੇ ਥੱਪੜ ਮਾਰਿਆ ਕਿਤੇ ਯੂਨੀਵਰਸਿਟੀ ਚੋਂ ਕੱਢਤੇ ਐਡਾ ਅਤਿਆਚਾਰ ਕਰ ਰਹੇ ਦਲਤਾਂ ਤੇ ਗਰੀਬਾਂ ਤੇ ਉਹਨਾਂ ਦੀ ਬਾਤ ਕੌਣ ਫੜੂਗਾ ਫਿਰ ਵੀਰੋ ਮੈਂ ਪਹਿਲੇ ਕਿਹਾ ਸੀ ਖੁਦਾ ਦਾ ਭੈਰ ਪਾਰਲੀਮੈਂਟ ਦੇ ਵਿੱਚ ਤੁਸੀਂ ਦੇਖਿਆ ਹੋਣਾ ਮੈਂ ਇੱਕ ਵੀਡੀਓ ਬਣਾ ਕੇ ਦਿਖਾ ਤੀ ਲੋਕਾਂ ਨੂੰ ਵੀ ਭਾਈ ਇੱਥੇ ਏਦਾਂ ਪਾਰਲੀਮੈਂਟ ਚ ਲੱਕੀ ਲਾ ਪੈਂਦੇ ਆ 8:30 9 ਵਜੇ 20 ਬੰਦਿਆਂ ਦਾ ਨਿਕਲ ਜਾਂਦਾ ਬਾਕੀ ਰਹਿ ਜਾਂਦੇ ਕਿ ਮੈਂ ਆਪਣੇ ਆਪ ਨੂੰ ਅਨਲੱਕੀ ਸਮਝਾਂ ਕਿ ਮੈਂ ਕਿਸਾਨਾਂ ਦਾ ਮੁੱਦਾ ਨਹੀਂ ਖਾ ਸਕਿਆ ਮੈਂ ਉਹ ਮੁੰਡੇ ਬੇਰੁਜ਼ਗਾਰ ਜਿਹੜੇ ਬੈਠੇ ETT ਵਾਲੇ ਉਹਨਾਂ ਦਾ ਮੁੱਦਾ ਖਾਣਾ ਸੀ ਨਹੀਂ ਨਿਕਲਿਆ ਕੀ ਕਰੀਏ ਮੈਂ ਦਲਤਾਂ ਦੇ ਅੱਤਿਆਚਾਰ ਦਾ ਮੁੱਦਾ ਖਾਣਾ ਸੀ ਨਹੀਂ ਨਿਕਲਿਆ ਮੈਂ ਕਿਹਾ ਵੀ ਜਦੋਂ ਬੰਦੇ ਵਧਾਓ ਵੀ ਜਿਹੜੇ 50-60 ਕਰ ਦਿਓ ਹਰੇਕ ਦਾ ਨਿਕਲੇ ਜਾਂ ਫਿਰ ਮਹੀਨਾ ਪਾਰਲੀਮੈਂਟ ਵਧਾ ਦਿਓ ਇਹਦਾ ਕੀ ਕਰਨਾ ਐਡੀ ਬਿਲਡਿੰਗ ਤੇ ਜੀਰੀ ਲਾ ਦਿਓ ਨਹੀਂ ਤਾਂ ਜਿਹਦੇ ਵਿੱਚ ਤੁਸੀਂ ਆਪਦੇ ਇਲਾਕੇ ਦੇ ਮਸਲੇ ਪਾ ਸਕਦੇ ਉਸੇ ਚੋਂ ਨਿਕਲਦਾ ਨਹੀਂ ਮੈਂ ਵੀਡੀਓ ਬਣਾ ਕੇ ਜਿਉਂ ਪਏ ਮੇਰੇ ਮਗਰ ਸਵਾਰੀ ਹੋਰ ਆਏ ਇੱਕ ਪਾਸੇ ਮੈਂ ਕਰਦਾ ਇੱਕ ਪਾਸੇ ਕਹਿੰਦੇ ਬਹੁਤ ਗਲਤ ਬੰਦਾ ਖਤਰਨਾਕ ਹੈ ਤਾਂ ਮੈਂ ਕੱਢ ਹੋ ਜੂ ਸਭ ਤੋਂ ਵੱਧ ਕੋਈ ਸਿੰਘ ਨਹੀਂ ਛਾਂ
ਇਹ ਤਾਂ ਬਾਗ ਬੋਗੜੀ ਬੰਦ ਹੋ ਗਈ ਤਾਂ ਤੋਰੀ ਬਗ ਲਾਂਗੇ ਹੋਰ ਕੀ ਕਰੀਏ ਕਿਸੇ ਹੋਰ ਸਟੇਟ ਨੇ ਤਾਂ ਲੈਣੀ ਨੀ ਭਾਈ ਤੁਸੀਂ ਕਮਰੇ ਕੀ ਧਿਆਨ ਰੱਖੋ ਗੱਲ ਤਾਂ ਮੀਡੀਆ
ਵੇਚਿਆ ਮਿੱਤਰਾ, ਉਹਦਾ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਸ਼ਾਮਾਂ ਮਿੱਟੀਆਂ ਕੁੜੀਆਂ ਦਾ ਨਾਮ ਲਿਖਿਆ ਪੈ ਗਿਆ ਫਿਰ ਕਹਿੰਦੇ ਅਸੀਂ ਪਾਰਟੀ ਕਰ
ਲੱਗਣੀ ਤੇ ਉਹ ਕਹਿੰਦੇ ਚੋਰੀ ਦੇ ਪੁੱਤ ਕਫਰ ਨੂੰ ਦਿੰਦੇ ਲੱਗਣਾ ਨਹੀਂ ਤਾਂ ਫਿਰ ਨਿਕਲ ਗਈ ਕਿਤੇ ਨਾ ਕਿਤੇ ਹੋਰ ਪਾਸੇ ਪ੍ਰਮਾਤ ਦੇਖ ਲਿਆ ਆਪ ਮੈਂ ਤੁਹਾਨੂੰ ਮੈਨੂੰ ਪ੍ਰਕਾਰ ਕਹਿੰਦੇ ਕਹਿੰਦੇ ਪੰਜਾਬ ਨੇ ਕੌਣ ਸਾ ਮੁੱਦਾ ਲੈ ਕੇ ਦਿਖਾ ਹੋ ਗਿਆ ਕਹਿੰਦੇ ਜੀ ਪੰਜਾਬੀ ਆ ਮੁੱਦੇ ਮੱਦੇ ਇੱਕ ਨਹੀਂ ਕੱਟੀ ਦੇਖ ਗਈ ਫਿਰ ਕੈਸੇ ਹੋਤਾ ਹੈ ਕਿਉਂਕਿ ਸਾਡੇ ਦਿਲ ਨੂੰ ਜਿਹੜੀ ਗੱਲ ਜੱਚ ਗਈ ਜੱਚ ਗਈ ਉਹ ਦਿਲ ਨੂੰ ਗੱਲ ਦੀ ਜੱਚ ਗਈ ਜੇ ਜੱਚ ਗਈ ਕਿਆ ਹੁੰਦਾ ਹੈ ਮੈਂ ਕਹਿੰਦੀ ਗੁੰਡਾ ਦੇ ਬਹਿ ਕੇ ਜੱਚ ਗਈ ਇਹ ਖੁੱਦ ਕਿਆ ਹੁੰਦਾ ਹੈ ਮੈਂ ਕਹਿੰਦੀ ਮਿੰਨੀ ਪਾਰਲੀਮੈਂਟ ਹੁੰਦਾ ਹੈ ਹਰੇਕ ਮਿੰਟ ਨਹੀਂ ਹੁੰਦਾ ਸਾਰਾ ਸਫਾਈ ਹੁੰਦਾ ਹੈ ਕੈਸੇ ਜੱਚ ਗਿਆ ਸਮਝੀ ਗਈ ਮੈਂ ਕਹਿੰਦਾ ਸਮਝਾ ਮੇਰੇ ਸਰੂਰ ਲੋਕ ਸਭਾ ਸੀਟ ਹੈ ਉਹਦੇ ਵਿੱਚ ਹੈ ਵਿਧਾਨ ਸਭਾ ਪਧੌੜ 2012 ਚ ਪਧੌੜ ਲੋਕਾਂ ਨੇ ਸਭ ਤੋਂ ਵੱਧ ਪਹਿਲੇ ਕੱਪਣ ਦਾ ਹਰਾ ਤਾ ਪੰਜਾਬ ਚੋਂ ਤਾਰਾ ਸਿੰਘ ਨੂੰ ਪ੍ਰਿੰਸੀਪਲ ਸੈਕਟਰੀ ਨੂੰ ਸੀਐਮ ਇਹ ਤੋਂ ਵੱਡਾ ਕਸਮ ਦਿੰਦਾ ਹੈ ਉਹ ਹਰਾ ਕੇ ਦੋਨੋਂ ਸਰੀਰ ਕਿਹੜਾ ਮੁੱਦਾ ਚੱਲ ਗਿਆ ਜੀ ਮੈਂ ਦੱਸਦਾ ਮੇਰਾ ਤਾਂ ਹੱਥ ਹੈ ਲੋਕ ਦੱਸਦੇ ਨੇ ਕੋਈ ਮੁੱਦਾ ਨਹੀਂ ਚੱਲਿਆ ਇੱਕ ਪੰਗਾ ਪੈ ਗਿਆ ਥੋੜ੍ਹਾ ਜਿਹਾ ਕਿਉਂਕਿ ਉਹ ਅਫਸਰ ਸੀ ਬਾਲਾ ਸਿੰਘ ਗੁਰੂ ਨੂੰ ਸਰੂਰੀ ਪੈਂਦੇ ਨੇ ਸਾਰੇ ਤੱਕੜੀਆਂ ਪੋਸਟ ਛਪਾ ਲਿਆਉਣੇ ਵੀ ਅਕਾਲੀ ਦਲ ਨੂੰ ਵੋਟਾਂ ਪਾਓ ਦਵਾਲਾ ਸਿੰਘ ਗੁਰੂ ਨੂੰ ਤੱਕੜੀ ਤੁਸ਼ਾਂ ਦੇ ਬੋਲਾਂ ਲਾਓ ਉਹਦੇ ਜਿਹੜੀ ਫੋਟੋ ਆਈ ਉਹ ਦੋਨੇ ਹੱਥ ਪੈਂਟ ਦੀਆਂ ਜੇਬਾਂ 'ਚ ਪਾ ਕੇ ਚਾ ਲਈ ਮੈਂ ਮਸਦੀਕ ਨੇ ਖਿਚਾ ਲਈ ਬੜਾ ਟਾਈਮ ਤੱਕ ਇੱਧਰ ਜਾਣਾ ਸੀ ਜੀ ਬੰਦਾ
ਦਾਸ ਚੱਲੀਏ ਹੁਣ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਸਾਡੇ ਤਾਂ ਹੈ ਹੀ ਨਹੀਂ ਦਬਾਅ ਮਾੜੇ ਨੇ ਐਂ ਕਰਨ ਲੱਗ ਪਏ ਅਸੀਂ
ਪੰਜਾਬੀ ਪੂਰੀ ਦੁਨੀਆਂ 'ਚ ਕਾਮਯਾਬ ਨੇ, ਪੰਜਾਬ 'ਚ ਫੈਲ ਨੇ, ਕਿਉਂਕਿ ਪੂਰੀ ਦੁਨੀਆਂ 'ਚ ਪੰਜਾਬੀ ਜਦੋਂ ਜਾਂਦੇ ਨੇ ਮਿਹਨਤ ਕਰਦੇ ਨੇ, ਸਰਕਾਰ ਉੱਥੋਂ ਦੀ ਹੈਲਪ ਕਰਦੀ ਹੈ, ਹੋਰ ਵੱਡਾ ਅਸੀਂ ਮਿਹਨਤ ਕਰਦੇ ਹਾਂ, ਸਰਕਾਰ ਥੱਲੇ ਲੈ ਕੇ ਆਉਂਦੀ ਹੈ, ਆ ਜਾ ਭਾਈ ਜੀ ਸਾਡਾ ਹਿੱਸਾ ਬਾਅਦ ਵਿੱਚ ਮੰਨੀ ਬਣ ਕੇ ਖਾਲੀ ਕਰਤੀ। ਵਪਾਰੀ ਜਿਹੜੇ ਨੇ ਉਹ ਸਾਰੇ ਚਲੇ ਗਏ, ਥੋੜਾ ਦੁਕਾਨਦਾਰ ਮਾਰਿਆ ਗਿਆ, ਦਲਤਰ ਹੋ ਰਿਹਾ, ਕਿਸਾਨ ਆਤਮਹੱਤਿਆ ਕਰ ਜਾਂਦਾ, ਮੁਲਾਜ਼ਮ ਖਤਮ, ਸੁਖੀ ਰਹਿ ਗਏ, ਸਿਰਫ ਦੇ ਪਰਿਵਾਰ ਇਹਨਾਂ ਦੇ ਪੜੇ ਗਏ। ਮੈਂ ਦੇਸੀ ਤਰੀਕੇ ਨਾਲ ਤੁਹਾਨੂੰ ਗੱਲ ਦੱਸਦਾ, ਦੇਸੀ ਤਰੀਕੇ ਨਾਲ ਦੱਸੀ ਹੋਈ ਗੱਲ ਜ਼ਿਆਦਾ ਅਸਰ ਰੱਖਦੀ ਹੈ। ਆਪਣੇ ਤਰੀਕੇ 'ਚ ਭਾਈਚਾਰੇ 'ਚ ਕੋਈ ਗੁਆਂਢ 'ਚ ਕੋਈ ਬੰਦਾ ਮਾਰ ਹੋ ਜਾਂਦਾ, ਆਪਾਂ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਜੀ ਮੁੰਡਾ, ਉਹ ਕਹਿੰਦੇ ਪੀਜੀਏ ਚਾਹੀਏ, ਤਾਂ ਕਹਿੰਦੇ ਪਰਸੋਂ ਦੇਖਾਂਗੇ, ਫਿਰ ਨਹੀਂ ਤਾਂ ਪੇਸ਼ ਕਰਨਾ, ਆਪਾਂ ਤੇ ਜ਼ਰੂਰ ਪਰਮਾਤਮਾ ਭਲੀ ਕਰੂਗਾ ਭਾਈ ਨਾਲ। ਫਿਰ ਆਪਾਂ ਸਲਾਹ ਨਾ ਦੇ ਦਿੰਦੇ ਆਪਾਂ ਕਿ ਕੋਈ ਨਾ ਕੋਈ ਪਿੰਡ ਜੀ ਭੋਡੀਪੁਰ ਉੱਥੋਂ ਦਾ ਇੱਕ ਸਿਆਣਾ ਹੈ, ਉਹ ਸਿਆਣੇ ਤੋਂ ਥੋੜ੍ਹੀ ਕਰੋ, ਉੱਥੋਂ ਬੜਾ ਕਰਦਾ ਦੇਸੀ ਜਾ, ਉਹਦੇ ਥੋੜ੍ਹੇ ਨਾਲ ਵੀ ਆਪਣੇ ਪਿੰਡ ਦੇ ਦੋ ਠੀਕ ਹੋ ਬੰਦੇ ਦਾ ਭਾਣ ਜਾ ਕੇ ਦੇਖਦਾ ਪੁੱਤਾ, ਉਹ ਜਿਹੜੇ ਮਾਰਦਾ ਉਹਦੇ ਜਿੱਥੇ ਡੱਕ ਦਿੰਦੇ ਪਿਸ ਪੜਦੇ, ਆਹ ਭੋਡੀਪੁਰ ਵਾਲੇ ਸਿਆਣੇ ਤਾਂ ਕਹਿ ਨਹੀਂ ਰਹੇ ਜੇ ਮਨ 'ਚ ਵੀ ਇਹ ਵੀ ਕਰਾਉਣਾ ਚਾਹੀਦਾ, ਉਹ ਕਰਾ ਲੈਂਦੇ ਭਾਈ ਉਹ ਤੋਂ ਵੀ, ਉਹ ਵੀ ਹਰ ਪੰਜਾਬ ਦਾ ਪਿਛਲੇ 60 ਸਾਲ ਤੋਂ ਪੰਜਾਬ ਦੋ ਡਾਕਟਰਾਂ ਤੋਂ ਦਵਾਈ ਲਈ ਜਾਂਦਾ ਹੈ, 5 ਸਾਲ ਅਕਾਲੀ ਡਾਕਟਰ, 5 ਸਾਲ ਕਾਂਗਰਸੀ ਡਾਕਟਰ, 5 ਸਾਲ ਅਕਾਲੀ ਡਾਕਟਰ, 5 ਸਾਲ ਕਾਂਗਰਸੀ ਡਾਕਟਰ, ਤੁਸੀਂ ਦੱਸ ਦਿਓ ਰੋਗ ਗਏ ਜਾਂ ਵਧਿਆ ਹੈ ਜੀ, ਵੱਧ ਗਿਆ, ਫਿਰ ਮਿਹਨਤ ਵਾਲੀ ਗੱਲ ਹੈ ਕਿ ਸਾਥੋਂ ਤੁਹਾਡਾ ਹੀ ਗਾ ਕੇ ਦੇਖ ਲਓ, ਕਈ ਵਾਰੀ ਤੁਹਾਡਾ ਸਿਲਾ ਪੈ ਜਾਂਦਾ, ਬੜੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਪੈਂਦੀ। ਆਓ ਪੰਜਾਬ ਦੀ ਨਸ਼ਿਆਂ 'ਚ ਤੇ ਬੇਰੁਜ਼ਗਾਰੀ ਦੀ ਦਲਦਲ 'ਚ ਦੁਖਦੀ ਜਵਾਨੀ ਤੇ ਭੌਂਗਾ ਪਾਈਏ, ਆਓ ਪੰਜਾਬ ਦੀ ਸਰਫਾਸ ਖਾਂਦੀ ਤੇ ਗਾਜਰ ਸੇਵਾ ਕੇ ਮਰਦੀ ਕਿਸਾਨੀ ਤੇ ਥੋੜਾ ਪਾਈਏ, ਆਓ ਪੰਜਾਬ ਦੀਆਂ ਤੀਆਂ ਭੈਣਾਂ ਦੀਆਂ ਜਿਹੜੀਆਂ ਰੋਜ਼ ਦੀਆਂ ਲਾਉਂਦੇ ਉਹਨਾਂ ਦੀਆਂ ਇੱਜ਼ਤ ਥੋੜੀਏ, ਆਓ ਪੰਜਾਬ ਦੇ ਬਜ਼ੁਰਗਾਂ ਦੀਆਂ ਅੱਖਾਂ ਦੱਸ ਗਈਆਂ ਵੀ ਵਧੀਆ ਪੰਜਾਬ ਦੇਖਣ ਨੂੰ, ਇਹਨਾਂ ਦੀਆਂ ਅੱਖਾਂ ਤੇ ਥੋੜਾ ਪਾਈਏ, ਦੋਨਾਂ ਨੇ ਲਾਉਂਦਾ ਦੋਨਿਆਂ ਧੁੱਪ ਚੱਕ ਕੇ ਮਿਊਂਸੀਪਲ ਕਮੇਟੀ ਤੋਂ ਵੀ ਤਹਾਂ ਜਾਣ ਆਪਣੀਆਂ ਜਿਹੜੀਆਂ ਜਿਹੜੀਆਂ ਗੂੰਜਾਂ ਨੇ ਇਹਨਾਂ ਨੂੰ ਪਤਾ ਲੱਗ ਜੇ ਇਹ ਗੰਤੀ ਹੁਣ ਰੋਕਣਾ ਨਹੀਂ, ਭਾਵੇਂ ਗੱਡੀਆਂ ਲਾ ਲਓ ਭਾਵੇਂ ਕਿਵੇਂ ਮਰਜ਼ੀ ਪਰਮਿਸ਼ਨ ਰੱਖ ਲਓ, ਦੋਨਿਆਂ ਤੋਂ ਪਹੁੰਚਾ ਕੇ ਗੋਲਾ ਲਾ ਦਿਓ,